ਇਹਦੇ ਦੋ ਪਾਸੇ ਕਹਿ ਸਕਦੇ ਹਾਂ। ਜਿਹੜਾ ਕਲਾਕਾਰ ਗਾਉਂਦਾ ਉਹਦੀ ਕੋਈ ਮਰਜ਼ੀ ਨਹੀਂ ਹੁੰਦੀ, ਉਹਦੀ ਕੀ ਮਰਜ਼ੀ ਹੈ, ਉਹਨੂੰ ਕੋਈ ਵੀ ਗਾਣਾ ਮਿਲ ਗਿਆ ਉਹਨੇ ਉਹੀ ਗਾਉਣਾ। ਜਿਹੜਾ ਕ੍ਰੀਏਟਿਵ ਆਦਮੀ ਹੁੰਦਾ, ਕੋਈ ਵੀ ਰਾਈਟਰ ਜਿਹਨੂੰ ਕਹਿ ਦੀ, ਮਿਰਜ਼ਾ ਗਾਲ ਬੇਸ਼ੱਕ ਸ਼ਰਾਬ ਬਾਰੇ ਲਿਖਦਾ ਪਰ ਕਿਤੇ ਕਿਤੇ ਉਹਦੀ ਜਿਹੜੀ ਕਲਮ ਸੀ ਉਹਦੇ 'ਚ ਬਗਾਵਤ ਝਲਕ ਜਾਂਦੀ ਸੀ। ਵਾਰਿਸ ਨੇ ਹੀਰ ਲਿਖੀ ਹੈ ਪਰ ਅੰਦਰ ਕਿਤੇ ਕਿਤੇ ਉਹ ਗੱਲ ਯਥਾਰਥ ਕਰ ਜਾਂਦਾ। ਲੇਖਕ ਹਮੇਸ਼ਾ ਬਗਾਵਤੀ ਹੁੰਦਾ, ਕੋਈ ਵੀ ਲੇਖਕ ਜੇ ਸੱਚਿਓ ਲੇਖਕ ਹੈ। ਕਮਰਸ਼ੀਅਲ ਲੋਕ ਕਹਿੰਦੇ ਕਿ ਕਮਰਸ਼ੀਅਲ ਲਿਖਣਾ ਜਾਂ ਗਾਉਣਾ, ਮੈਨੂੰ ਲੱਗਦੀ ਹੈ ਜਜ਼ਬਾਤ ਤੋਂ ਜ਼ਿਆਦਾ ਕੋਈ ਵੀ ਚੀਜ਼ ਕਮਰਸ਼ੀਅਲ ਹੋ ਹੀ ਨਹੀਂ ਸਕਦੀ। ਜਿਹੜੀ ਚੀਜ਼ ਦਿਲੋਂ ਨਿਕਲ ਕੇ ਦਿਲ 'ਤੇ ਵੱਜੇ ਉਹ ਤੋਂ ਮਹਿੰਗਾ ਸੌਦਾ ਦੁਨੀਆਂ 'ਚ ਕੋਈ ਨਹੀਂ। ਸੋ ਇਸ ਕਰਕੇ ਬੀਇੰਗ ਏ ਰਾਈਟਰ ਮੇਰੇ ਜਿਹੜੇ ਥੋਟਸ ਆ ਉਹ ਖਾਸੇ ਬਗਾਵਤੀ ਰਹੇ ਆ। ਜਦੋਂ ਕਿਸੇ ਕਿਰਤੀ ਨੂੰ ਜਾਂ ਕਿਸੇ ਗਰੀਬ ਨੂੰ ਸੱਟ ਪੈਂਦੀ ਹੈ ਤਾਂ ਮੈਨੂੰ ਲਿਖਣ ਦਾ ਮੇਰੇ ਜਿਹੜੇ ਅੰਦਰ ਕੀੜਾ ਜਾਗਦਾ, ਤਾਂ ਉਸ ਤਰ੍ਹਾਂ ਦੀਆਂ ਰਚਨਾਵਾਂ ਮੈਂ ਲਿਖਦਾ, ਮੈਨੂੰ ਸਕੂਨ ਮਿਲਦਾ।